ਸਸ ਸਿਕਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਦੇ ਲਈ ਨਿਕਲ ਕੇ ਆ ਚੁੱਕੇ ਹੈ ਜੀ ਜਿਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਪੋਸਟ ਆਫਿਸ ਦੇ ਵਿੱਚ ਬਿਲਕੁਲ ਨਵੀਆਂ ਫ੍ਰੈਸ਼ ਪਰਦੇ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਲੇਟੈਸਟ ਰਿਕਰੂਟਮੈਂਟ ਹੈ ਡਾਇਰੈਕਟ ਜੌਬ ਹੋਏਗੀ ਇਹਦੇ ਵਿੱਚ ਠੀਕ ਹੈ ਜੀ ਕੋਈ ਪੇਪਰ ਨਹੀਂ ਹੋਏਗਾ ਡਾਇਰੈਕਟ ਤੁਹਾਡੀ ਜਿਹੜੀ ਸਿਲੈਕਸ਼ਨ ਇਸ ਦੇ ਵਿੱਚ ਹੋਣ ਵਾਲੀ ਹੈ ਕਿੱਦਾਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਮੈਂ ਦੇਣ ਜਾ ਰਿਹਾ ਹਾਂ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦੇਣਾ ਤਾਂਕਿ ਹਰ ਇੱਕ ਰਿਕਰੂਟ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਵੀ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਰਿਕਰੂਟਮੈਂਟ ਅਪਡੇਟ ਜਿਹੜਾ ਹੈ ਜੀ ਉਹ ਲੈ ਕੇ ਆਂਦਾ ਹੀ ਰਵਾਂਗਾ ਸੋ ਤੁਸੀਂ ਜਲਦੀ ਨਾਲ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬਾਕੀ ਇਦਾਂ ਦੀ ਹੋਰ ਇਨਫੋਰਮੇਸ਼ਨ ਦੇ ਲਈ ਤੁਸੀਂ ਕੀ ਕਰਨਾ ਹੈ ਜੀ ਸਾਡੀ ਵੈਬਸਾਈਟ ਜੋ ਕਿ meetacademy.xyz ਤੇ ਜਾਣਾ ਹੈ ਉੱਥੋਂ ਜਾ ਕੇ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਜੀ ਤੁਸੀਂ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂ ਲੇਕਿਨ ਤੁਸੀਂ ਕਿਸੇ ਵੀ ਗਵਰਨਮੈਂਟ ਜ ਉਦ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਜੀ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਇਹ ਨੋਟੀਫਿਕੇਸ਼ਨ ਇੰਡੀਆ ਪੋਸਟ ਵੱਲੋਂ ਜਾਰੀ ਕੀਤਾ ਗਿਆ ਹੈ ਜੀ 올 ਇੰਡੀਆ ਕੈਂਡੀਡੇਟਸ ਲਈ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਨੋਟੀਫਿਕੇਸ਼ਨ 23 ਅਕਤੂਬਰ 2022 ਨੂੰ ਰਿਲੀਜ਼ ਜਿਹੜਾ ਜੀ ਉਹ ਕੀਤਾ ਗਿਆ ਹੈ ਅਪਲੀਕੇਸ਼ਨ 23 ਅਕਤੂਬਰ 2022 ਤੋਂ ਆਲਰੇਡੀ ਸਟਾਰਟ ਹੋ ਚੁੱਕੀਆਂ ਨੇ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਨੈਕਸਟ ਅਗਰ ਗੱਲ ਕਰਾਂ ਲਾਸਟ ਡੇਟ ਅਪਲਾਈ ਕਰਨ ਦੀ 22 ਨਵੰਬਰ 2022 ਤੱਕ ਤੁਸੀਂ ਇਹਦੇ ਲਈ ਆਰਾਮ ਨਾਲ ਅਪਲਾਈ ਕਰ ਸਕਦੇ ਹੋ ਮੇਲ ਅਤੇ ਫੀਮੇਲ ਦੋਨੇ ਕੈਂਡੀਡੇਟ ਐਲੀਜੀਬਲ ਨੇ ਔਰ ਇਸੇ ਦੇ ਨਾਲ ਅਪਲਾਈ ਮੋਡ ਦੀ ਗੱਲ ਕਰਾਂ ਤਾਂ ਆਨਲਾਈਨ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੋਏਗਾ ਕੋਈ ਵੀ ਅਦਰ ਮੋਡ ਅਪਲਾਈ ਕਰਨ ਦਾ ਨਹੀਂ ਹੈ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਕਿਹੜੀ ਕਿਹੜੀ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਤਾਂ ਸਭ ਤੋਂ ਪਹਿਲਾਂ ਪੋਸਟਲ ਅਸਿਸਟੈਂਟ ਸੋਰਟਿੰਗ ਅਸਿਸਟੈਂਟ ਦੀਆਂ ਨੇ ਜਿਸਦੇ ਵੀ ਤੁਹਾਡੀ ਸੈਲਰੀ 25500 ਤੋਂ ਲੈ ਕੇ 81100 ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਨੈਕਸਟ ਪੋਸਟ ਪੋਸਟਮੈਨ ਦੀਆਂ ਪੋਸਟਾਂ ਨੇ ਜਿਸਦੇ ਵਿੱਚ 21700 ਤੋਂ ਲੈ ਕੇ 69100 ਤੁਹਾਡੀ ਸੈਲਰੀ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਮਲਟੀਟਾਸਕਿੰਗ ਸਟਾਫ ਦੀਆਂ ਵੈਕੈਂਸੀਜ਼ ਨੇ 18000 ਤੋਂ ਲੈ ਕੇ 56900 ਤੁਹਾਡੀ ਸੈਲਰੀ ਰਹਿਣ ਵਾਲੀ ਹੈ ਮੇਲ ਗਾਰਡ ਦੀ ਵੈਕੈਂਸੀਸ ਨੇ 18000 ਤੋਂ ਲੈ ਕੇ 56900 ਤੁਹਾਡੀ ਸੈਲਰੀ ਜਿਹੜੀ ਹੈ ਜੀ ਉਸ ਦੇ ਵਿੱਚ ਰਹਿਣ ਵਾਲੀ ਹੈ ਅਗਰ ਮੈਂ ਗੱਲ ਕਰਾਂ एलिਜੀਬਿਲਟੀ ਦੀ ਤਾਂ 10th 12th ਅਤੇ ਗ੍ਰੈਜੂਏਟ ਪਾਸ ਕੈਂਡੀਡੇਟ ਨੇ ઓ एलिਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਅਗਰ ਅਸੀਂ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰਦੇ ਹਾਂ ਇੱਥੇ ਤਾਂ ਮੈਰਿਟ ਬੇਸਿਸ ਤੇ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਜੀ ਉਹ ਹੋਣ ਵਾਲੀ ਹੈ ਮਤਲਬ ਤੁਹਾਡੇ ਕੁਆਲਿਫਿਕੇਸ਼ਨਸ ਦੇ ਜਿਹੜੇ ਮਾਰਕਸ ਹੋਣਗੇ ਤੁਸੀਂ ਜੋ ਵੀ ਪ੍ਰੋਵਾਈਡ ਕਰਾਓਗੇ ਤੁਹਾਡੇ ਹਾਈਐਸਟ ਉਹਨਾਂ ਦੇ ਅਕੋਰਡਿੰਗਲੀ ਜਿੱਦਾਂ ਕੀ ਅਗਰ ਅਸੀਂ ਗੱਲ ਕਰਦੇ ਹਾਂ 10ਵੀਂ ਪਾਸ ਪੋਸਟਮੈਨ ਦੇ ਲਈ ਰਿਕੁਆਇਰਡ ਹੁੰਦੀ ਹੈ ਤਾਂ 10ਵੀਂ ਪਾਸ ਦੇ ਬੇਸਿਸ ਤੇ ਜਿੰਨਾਂ ਦੀ ਵੀ ਮੈਰਿਟ ਲਿਸਟ ਨਾਮ ਆਏਗਾ ਉਹਦੇ ਅਕੋਰਡਿੰਗਲੀ ਉਹਨਾਂ ਦੀ ਸਿਲੈਕਸ਼ਨ ਜਿਹੜੀ ਹੈ ਜੀ ਉਹ ਹੋਵੇਗੀ ਨੈਕਸਟ ਐਪਲੀਕੇਸ਼ਨ ਫੀ ਦੀ ਗੱਲ ਕਰਾਂ ਤੁਸੀਂ ਕਿਸੇ ਵੀ ਕੈਟਾਗਰੀ ਤੋਂ ਜਨਰਲ ਨੂੰ ਛੱਡ ਕੇ ਤਾਂ ਕੋਈ ਫੀ ਪੇ ਨਹੀਂ ਕਰਨੀ ਜਨਰਲ ਵਾਲਿਆਂ ਲਈ ਜਿਹੜੀ ਹੈ ਨੈਕਸਟ ਦੇ ਵਿੱਚ ਮੈਂ ਤੁਹਾਨੂੰ ਕੁਆਲੀਫਿਕੇਸ਼ਨ ਦੀ ਗੱਲ ਦਿੰਨਾ ਹੈ ਕੁਆਲੀਫਿਕੇਸ਼ਨ ਜਿਹੜੇ ਪੋਸਟਲ ਅਸਿਸਟੈਂਟ ਸੋਰਟਿੰਗ ਅਸਿਸਟੈਂਟ ਹੈ 12ਵੀਂ ਅਤੇ ਗ੍ਰੈਜੂਏਸ਼ਨ ਦੋਨੋਂ ਅਪਲਾਈ ਕਰ ਸਕਦੇ ਨੇ ਪੋਸਟਮੈਨ ਦੇ ਲਈ ਵੀ 12ਥ ਅਤੇ ਗ੍ਰੈਜੂਏਸ਼ਨ ਦੋਨੋਂ ਅਪਲਾਈ ਕਰ ਸਕਦੇ ਨੇ ਮਲਟੀਟਾਸਕਿੰਗ ਸਟਾਫ ਦੇ ਲਈ 10ਥ 12ਥ ਦੋਨੋਂ ਅਪਲਾਈ ਕਰ ਸਕਦੇ ਨੇ ਮੇਲ ਗਾਰਡ ਦੇ ਲਈ 10ਥ 12ਥ ਦੇ ਗ੍ਰੈਜੂਏਸ਼ਨ ਤਿੰਨੋਂ ਹੀ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੇ ਵੀ ਕੀਤੀ ਹੋਈ ਹੈ ਇਹ ਕੁਆਲੀਫਿਕੇਸ਼ਨ ਤੁਸੀਂ ਚੈੱਕ ਕਰੂਰ ਕਰ ਲੈਣਾ ਨੋਟੀਫਿਕੇਸ਼ਨ ਪੀਡੀਐਫ ਤੇ ਵੀ ਲਿਖੀ ਹੋਈ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਗੱ ਕੋਈ ਵੀ ਅਦਰ ਮੋਡ ਅਪਲਾਈ ਕਰਨ ਦਾ ਨਹੀਂ ਹੈ ਮੇਲ ਤੇ ਫੀਮੇਲ ਦੋਨੇ ਕੈਂਡੀਡੇਟ ਐਲੀਜੀਬਲ ਨੇ ਜੀ ਜਨਰਲ ਅਤੇ ای ڈبلیو ایس ਕੈਂਡੀਡੇਟ ਦੇ ਲਈ ਜਿਹੜੀ ਹੈ ਜੀ 18 ਤੋਂ 27 ਸਾਲ ਦੇ ਕੈਂਡੀਡੇਟ ਐਲੀਜੀਬਲ ਨੇ ओबीसी ਨੂੰ 3 ਸਾਲ ਦਾ ਏਜ ਰੈਕਸੇਸ਼ਨ ਹੈ ਪਰਸਨਲ ਵਿਦ ਡਿਸੇਬਿਲਟੀ ਪੀ ਡਬਲਯੂ ਡੀ ਕੈਂਡੀਡੇਟ ਨੂੰ 10 ਸਾਲ ਦਾ ਹੈ ਪਰਸਨ ਵਿਦ ਡਿਸੇਬਿਲਟੀ ਪੀ ਡਬਲਯੂ ਡੀ ਪਲੱਸ ओबीसी ਨੂੰ 13 ਸਾਲ ਦਾ ਪਰਸਨਲ ਵਿਦ ਡਿਸੇਬਿਲਟੀ ਪੀ ਡਬਲਯੂ ਡੀ ਪਲੱਸ ਐਸ ਸੀ ਐਸ ٹی ਨੂੰ 15 ਸਾਲ ਦਾ এজ ਰੈਲੈਕਸੇਸ਼ਨ ਜਿਹੜਾ ਜੀ ਉੱਥੇ ਦਿੱਤਾ ਜਾਏਗਾ ਸੋ ਇਹ ਟੋਟਲ ਹੈ ਲਿੰਕ ਮੈਂ ਤੁਹਾਨੂੰ ਬਾਕੀ ਨੀਚੇ ਦਿੱਤੇ ਹੋਏ ਨੇ ਇਹ ਤੁਸੀਂ ਦੇਖ ਪਾ ਰਹੇ ਹੋ ਲਿੰਕ ਜਿਹੜੇ ਨੇ ਇੱਥੇ ਤੁਸੀਂ ਕਲਿੱਕ ਕਰਨਾ ਹੈ ਪਹਿਲਾ ਆਨਲਾਈਨ ਦਾ ਹੈ ਔਰ ਪੀਡੀਐਫ ਦਾ ਤੁਹਾਨੂੰ ਮਿਲ ਜਾਵੇਗਾ ਡਾਊਨਲੋਡ ਕਰਕੇ ਆਨਲਾਈਨ ਤੁਸੀਂ ਜਿਹੜਾ ਜਰੂਰ ਅਪਲਾਈ ਕਰਨਾ ਹੈ 10th 12th ਕੈਂਡੀਡੇਟ ਲਈ ਬਹੁਤ ਵਧੀਆ ਓਪਰਚ्युनिटी ਜਿਹੜੀ ਹੈ ਜੀ ਉਹ ਨਿਕਲ ਕੇ ਆ ਚੁੱਕੀ ਹੈ ਸੋ ਇਹ ਸੀਗਾ ਇਸ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੇਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਵੀਡੀਓ